ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਲੁਧਿਆਣੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਪਰ ਲਗਾਤਾਰ ਅਕਾਲੀ ਦਲ ਵੱਲੋਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਜਾਰੀ ਨੇ। ਅੱਜ ਹਲਕਾ ਸਾਹਨੇਵਾਲ ਵਿਖੇ ਅਕਾਲੀ ਦਲ ਦੇ ਵਰਕਰਾਂ ਅਤੇ ਬੀਸੀ ਵਿੰਗ ਦੇ ਨਾਲ ਹੀਰਾ ਸਿੰਘ ਗਾਬੜੀਆ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਬੈਠਕ ਕਰਨ ਪੁੱਜੇ। ਇਸ ਦੌਰਾਨ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਹਨਾਂ ਨੂੰ ਲਾਮਬੰਦ ਕੀਤਾ ਗਿਆ। ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਐਸਸੀ ਅਤੇ ਬੀਸੀ ਵਰਗ ਵੱਲੋਂ ਪਾਰਟੀ ਲਈ ਕਾਫੀ ਲੰਬੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦਾ ਪਾਰਟੀ ਦੇ ਸੰਗਠਨ ਲਈ ਅਹਿਮ ਯੋਗਦਾਨ ਰਿਹਾ ਹੈ। ਇਸ ਦੌਰਾਨ ਉਹਨਾਂ ਜੰਮ ਕੇ ਕਾਂਗਰਸ ਦੇ ਨਿਸ਼ਾਨੇ ਸਾਧੇ। ਸਾਹਨੇਵਾਲ ਹਲਕੇ ਦੀ ਬੀਸੀ ਵਿੰਗ ਦੀ ਮੀਟਿੰਗ ਸੀ, ਹੀਰਾ ਸਿੰਘ ਜੀ ਗਾਬੜੀਆ ਨੂੰ ਸੰਬੋਧਨ ਕਰਨ ਵਾਸਤੇ ਆਏ ਸੀ। 2 ਸਾਲ ਹੋ ਗਏ ਕਾਂਗਰਸ ਪਾਰਟੀ ਸਰਕਾਰ ਬਣੀ, ਕੋਈ ਇੱਕ ਕੰਮ ਵੀ ਗਿਣਾ ਨਹੀਂ ਸਕਦੇ ਕਿ ਜਿਹੜਾ ਪੰਜਾਬ ਦੀ ਧਰਤੀ 'ਤੇ ਅਸੀਂ ਲੋਕਾਂ ਦੇ ਭਲੇ ਵਾਸਤੇ ਕੋਈ ਕੰਮ ਕੀਤਾ ਹੋਵੇ, ਖਾਸ ਕਰਕੇ ਬੀਸੀ ਵਰਗ ਦੇ ਲੋਕਾਂ ਨਾਲ ਅਤੇ ਐਸਸੀ ਵਰਗ ਦੇ ਲੋਕਾਂ ਨਾਲ ਬਹੁਤ ਵੱਡਾ ਇਹਨਾਂ ਨੇ ਧਰੋਹ ਕਮਾਇਆ। ਜਿਹੜੀ ਬਾਦਲ ਸਾਹਿਬ ਨੇ 264 ਲੋਕਾਂ ਨੂੰ ਬਿਜਲੀ ਦੀ ਮਾਫ਼ ਕੀਤੀ ਸੀ, ਉਹ ਇਹਨਾਂ ਨੇ ਬਿਜਲੀ ਦੇ ਬਿੱਲ ਲੈਣੇ ਸ਼ੁਰੂ ਕਰਤੇ। ਆਮ ਪਬਲਿਕ ਨੂੰ ਵੀ ਬਿਜਲੀ ਦੇ ਬਿੱਲ ਸੀ ਉਹ 1.5 ਗੁਣਾ ਕਰਤੇ, ਪਹਿਲਾਂ ਨਾਲੋਂ 1.5 ਗੁਣਾ ਬਿਜਲੀ ਦੇ ਬਿੱਲ ਕਰਤੇ। ਸ਼ਗਨ ਸਕੀਮਾਂ ਨੇ ਉਹ ਨਹੀਂ ਆਉਂਦੀਆਂ, ਆਟਾ ਦਾਲ ਦੀ ਬੁਰੀ ਹਾਲਤ ਕਰਤੀ, ਪੈਨਸ਼ਨਾਂ ਦੀ ਬੁਰੀ ਹਾਲਤ ਕਰਤੀ, ਲੋਕਾਂ ਦਾ ਕਚੁੰਬੜ ਕੱਟ ਕੇ ਰੱਖਤਾ। ਔਰ ਮੈਂ ਸਮਝਦਾ ਇਹਨਾਂ ਨੇ ਦੇਣਾ ਤਾਂ ਕੀ ਆ, ਜਿਹੜਾ ਬਾਦਲ ਸਾਹਿਬ ਨੇ ਦਿੱਤਾ ਸੀ ਉਹ ਵੀ ਵਾਪਸ ਲਈ ਜਾ ਰਹੇ ਨੇ। ਡਿਵੈਲਪਮੈਂਟ ਉਹ ਰੋਕ ਦਿੱਤੀ, ਸੋ ਕਿਸੇ ਕਿਸਮ ਦਾ ਵੀ ਕਾਂਗਰਸ ਪਾਰਟੀ ਨੇ ਇਸ ਕੰਮ ਨਹੀਂ ਕੀਤਾ। ਸੜਕਾਂ ਦੀ ਬੁਰੀ ਹਾਲਤ ਹੋਈ ਪਈ ਹੈ, ਜੇ ਕਿਸੇ ਪੰਚਾਇਤ ਨੂੰ ਕੋਈ ਪੈਸੇ ਮਿਲੇ 1 ਲੱਖ ਰੁਪਈਆ, ਅਸੀਂ 10 ਲੱਖ ਤੋਂ ਘੱਟ ਕੇ ਕਿਸੇ ਨੂੰ ਦਿੱਤਾ ਹੀ ਨਹੀਂ ਸੀ। ਸੋ ਲੋਕਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਇਸ ਸਰਕਾਰ ਦੇ ਖਿਲਾਫ਼, ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੀ ਚੋਣ ਦੇ ਵਿੱਚ ਗੁੱਸਾ ਲੋਕ ਆਪਣਾ ਕੱਢਣਗੇ। ਔਰ ਮੈਨੂੰ ਪੂਰੀ ਆਸ ਹੈ ਇਕੱਲੀ ਫਤਿਹਗੜ੍ਹ ਹਲਕੇ ਦੀ ਪਾਰਲੀਮੈਂਟ ਦੀ ਸੀਟ ਹੀ ਨਹੀਂ, ਸਮੁੱਚੇ ਪੰਜਾਬ ਦੇ ਅੰਦਰ ਹੀ ਸ਼੍ਰੋਮਣੀ ਅਕਾਲੀ ਦੇ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਲਹਿਰ ਚੱਲੀ। ਉਧਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪਛੜੀਆਂ ਸ਼੍ਰੇਣੀਆਂ ਲਈ ਜੋ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ ਉਸ ਨੂੰ ਕਾਂਗਰਸ ਨੇ ਖਤਮ ਕਰ ਦਿੱਤਾ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪਛੜੀ ਸ਼੍ਰੇਣੀਆਂ ਦੀ ਹਮੇਸ਼ਾ ਬਾਂਹ ਫੜੀ ਹੈ। ਇਸ ਦੌਰਾਨ ਗਾਬੜੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ 13 ਦੀਆਂ 13 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੇਣੀਆਂ ਨੂੰ, ਬੀਸੀ ਵਿੰਗ ਨੂੰ ਜੋ ਸਹੂਲਤਾਂ ਦਿੱਤੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਦੋਂ ਦੀ ਆ ਕਾਂਗਰਸ ਸਰਕਾਰ ਆਈ ਆਉਂਦਿਆਂ ਨੋਟੀਫਿਕੇਸ਼ਨ ਕਰਕੇ ਸਾਰੀਆਂ ਰੱਦ ਕਰਤੀਆਂ। ਅੱਜ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਵੀ ਖੋਲੀ ਆ, ਸਾਨੂੰ ਰਾਸ਼ਨ ਨਹੀਂ ਮਿਲਿਆ, ਨਾ ਆਟਾ ਦਾਲ ਦੀ ਸਕੀਮ ਮਿਲਦੀ ਆ, ਨਾ ਸਾਡਾ ਜਿਹੜਾ ਬਿਜਲੀ ਦੇ ਬਿੱਲ ਮਾਫ਼ ਕੀਤੇ ਸੀ ਉਹ ਵੀ ਖਤਮ ਕਰਤੇ ਇਹਨਾਂ ਨੇ। ਜੋ ਵੀ ਸਹੂਲਤਾਂ ਦਿੱਤੀਆਂ ਸੀ ਬਾਦਲ ਸਾਹਿਬ ਨੇ ਸਾਰੀਆਂ ਨਾਲ ਰੱਦ ਕਰਤੀਆਂ। ਅੱਜ ਸਾਰਾ ਹੀ ਸਾਡਾ ਜਿਹੜਾ ਵਿੰਗ ਆ ਸ਼੍ਰੋਮਣੀ ਅਕਾਲੀ ਦਲ ਦਾ ਬੀਸੀ ਵਿੰਗ, ਮੈਂ ਹੁਣ ਤੱਕ ਤਕਰੀਬਨ 63 ਹਲਕੇ ਕੱਢਤੇ ਆ, 63 ਹਲਕਿਆਂ ਦੇ ਵਿੱਚ ਹੀ ਲੋਕ ਇੰਨੇ ਦੁਖੀ ਹੋਏ ਗਏ ਜਿੰਨਾ ਜਿਹਨਾਂ ਵੇਖਿਆ ਮੈਂ। ਕਈਆਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ, ਕਿਸੇ ਦੀ ਸਾਰਨੀ ਲਈ ਜਾ ਰਹੀ, ਸੋ ਇਸ ਕਰਕੇ ਅਸੀਂ ਅੱਜ ਇਹ ਸਾਰਿਆਂ ਲਾਭਬੰਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ ਆਉਣ ਵਾਲੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਆ ਉਹਦੇ ਲਈ ਜਾਗਰੂਕ ਕਰਨ ਵਾਸਤੇ, ਤਾਂ ਕਿ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਨੇ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।